ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਹੀ ਆਪਣੀ ਰੋਜੀ ਲਈ ਗਏ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਦੇ ਨੌਜਵਾਨ ਦੀ ਦੁਬਈ ਦੇ ਆਬੂ ਧਾਮੀ ਵਿੱਚ ਮੌਤ ਹੋ ਗਈ ਸੀ ਤੇ ਗਰੀਬ ਪਰਿਵਾਰ ਦੀ ਮੰਗ ਕਿਸੇ ਹੋਰ ਨੂੰ ਨਹੀਂ ਬਲਕਿ ਭਗਵੰਤ ਮਾਨ ਨੂੰ ਹੈ ਤੇ ਵਿਦੇਸ਼ਾਂ ਵਿੱਚ ਰੁਲੇ ਰਾਜਵਿੰਦਰ ਸਿੰਘ ਦੀ ਲਾਸ਼ ਨੂੰ ਆਖਰੀ ਵਾਰੀ ਦੇਖਣ ਨੂੰ ਵੀ ਤਰਸ ਰਿਹਾ ਹੈ ਪਰਿਵਾਰ। ਗੱਲ ਇੱਥੇ ਹੀ ਨਹੀਂ, ਪਰਿਵਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਆਖਿਰ ਉਹਨਾਂ ਦੇ ਬੱਚੇ ਦੀ ਲਾਸ਼ ਕਿੱਥੇ ਹੈ। ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੇ ਹੱਕ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਅੱਗੇ ਆਏ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਖਾਸ ਰਿਪੋਰਟ। ਕਦੋਂ ਗਿਆ ਸੀਗਾ? ਏਜੰਟ ਕੌਣ ਸੀਗਾ? ਨਹੀਂ, ਉਹ ਪਿੰਡ ਵਾਲਾ ਨਹੀਂ ਏਜੰਟ ਹੁੰਦਾ, ਉਹਨੂੰ ਤਾਂ ਬੰਦੇ ਇਕੱਠੇ ਕਰਕੇ ਦੇ ਦਿੰਦੇ ਨੇ। ਦਿੱਲੀ ਜਾਂ ਬੰਬੇ ਤੋਂ ਆਉਣਾ? ਉਹ ਹੋਸਪਿਟਲ ਲਵਾ ਤਾ, ਹਸਪਤਾਲ ਦਾ ਪਤਾ, ਡੈਡ ਬੋਡੀ ਕਿੱਥੇ ਪਈ? ਤੇਰੇ ਵੱਲੋਂ ਜਾਂ ਜਾਂ ਮੰਮੀ ਵੱਲੋਂ ਕਿਵੇਂ ਕਰਕੇ ਨਜ਼ਦੀਕ ਨੂੰ ਅਸੀਂ ਟੈਸਟ ਹੋਵੇ ਅਤੇ ਅਸੀਂ ਆਥੋਰਾਈਜ਼ ਕਰਦੇ ਹਾਂ ਇੱਕ ਬੰਦਾ ਦੋਸਤੋਂ ਦਾ, ਉਹਦੇ ਨਾਂ 'ਤੇ ਬਣਾਉਗੀ, ਉਹਦਾ ਆਪ ਆਥੋ ਨੰਬਰ ਹੈ, ਇਹਨੂੰ ਆਥੋਰਾਈਜ਼ ਕਰਦੇ ਹਾਂ ਕਿ ਇਹ ਡੈਡ ਬੋਡੀ ਜਿਹੜੀ ਹੈ ਵਾਪਸ ਭੇਜ ਦੇ। ਅੰਬੈਸੀ ਵਾਲੇ ਉਹਦੇ ਨਾਲ ਸੰਪਰਕ ਕਰਦੇ, ਉਹ ਨਾਲ ਤੋਂ ਡੈਡ ਬੋਡੀ ਜਿਹੜੀ ਹੈ ਉਹ ਅੱਜ ਕੱਲ੍ਹ ਉਹ ਕਰਕੇ ਅਤੇ ਗੌਰਮੈਂਟ ਵੱਲੋਂ ਹੀ ਆਊਗੀ, ਕੋਈ ਨਹੀਂ ਪੈਸਾ ਕੋਈ ਨਹੀਂ ਲੱਗਣਾ ਹੁੰਦਾ, ਜਦੋਂ ਉਹ ਭਾਰਤ ਦੀ ਮੈਸੀ ਕਰੂਗੀ ਸਾਰਾ ਪ੍ਰਬੰਧ। ਅਤੇ ਕਿੱਥੇ ਮੰਗਵਾਉਣੀ ਹੈ, ਅੰਮ੍ਰਿਤਸਰ ਮੰਗਵਾਉਣੀ ਹੈ ਜਾਂ ਅੰਮ੍ਰਿਤਸਰ ਏਅਰਪੋਰਟ 'ਤੇ ਆਜੂਗੀ, ਤੁਹਾਨੂੰ ਦੱਸ ਦਾਂਗੇ ਜਿਹੜੀ 19 ਤਰੀਕ ਨੂੰ ਆਊਗੀ। ਅਤੇ ਤੁਸੀਂ ਉੱਥੇ ਇੱਕ ਬਲੱਡ ਰਿਲੇਸ਼ਨ ਵਾਲਾ ਜਿਹੜਾ ਬੰਦਾ ਜਿਵੇਂ ਤੂੰ ਤੈਨੂੰ ਜਾਣਾ ਪਊਗਾ, ਖਰਾਬ ਨਹੀਂ ਹੁੰਦੀ ਬੋਡੀ, ਉਹਦਾ ਉਹ ਲੱਗਿਆ ਹੁੰਦਾ ਕੈਮੀਕਲ ਲਾ ਕੇ। ਸਰ ਉਹ ਅਜੇ ਤੱਕ ਕੋਈ ਇਹ ਦੱਸ ਨਹੀਂ ਰਹੇ ਨਾ ਕਿ ਬੋਡੀ ਪੁਲਿਸ ਕੋਲ ਆ ਜਾਂ ਕਿਤੇ ਹੋਰ ਉੱਥੇ। ਆਪਣੀ ਇੱਕ ਸੰਸਥਾ ਸੀ, ਆਪਾਂ ਉਹਨਾਂ ਨਾਲ ਕੀਤਾ ਸੀ ਅਟੈਚਮੈਂਟ, ਪਰ ਇਹਨਾਂ ਦੇ ਬੰਦਿਆਂ ਨੂੰ ਇਹ ਨੀ ਪਤਾ ਲੱਗਦਾ ਡੈਡ ਬੋਡੀ ਹੈ ਕਿੱਥੇ, ਕੰਪਨੀ ਵਾਲੇ ਦੱਸ ਕੰਪਨੀ ਵਾਲੇ ਕਹਿੰਦੇ ਆ ਵੀ ਟਾਈਮ ਲੱਗਣਾ ਵਾ, ਇਹਨੂੰ ਇਹਦੀ ਫਾਰਮੈਲਿਟੀ ਹੁੰਦੀ ਆ। ਕੰਪਨੀ ਦਾ ਸਾਰਾ ਨੰਬਰ ਦੇਣਾ,
ਕੀ ਨਾਮ ਹੈ ਭਾਜੀ ਆਪਣਾ? ਕਮਲਜੀਤ ਜੀ। ਕਿੱਥੇ ਰਹਿੰਦੇ ਹੋ? ਸਰ ਪਿੰਡ ਜੱਗੋਆ, ਡਿਸਟ੍ਰਿਕਟ ਅੰਮ੍ਰਿਤਸਰ। ਕੀ ਗੱਲ ਹੋਈ ਹੈ ਜੀ? ਸਰ ਜੀ, ਦੁਬਈ ਤੋਂ ਫੋਨ ਆਇਆ। ਅੱਜ ਤੋਂ 3 ਮਹੀਨੇ ਪਹਿਲਾਂ ਬ੍ਰਦਰ ਗਿਆ ਸੀ ਦੁਬਈ, ਅਬੂ ਧਾਬੂ। ਸਰ ਜੀ, ਸ਼ੁੱਕਰਵਾਰ ਗੱਲ ਕੀਤੀ ਅਸੀਂ, ਸਰ ਸ਼ਨੀਸ਼ਰਵਾਰ ਫੋਨ ਆ ਗਿਆ ਵੀ ਉਹਦੀ ਡੈਥ ਹੋ ਗਈ। ਅਤੇ ਕਿੰਨਾ ਚਿਰ ਹੋ ਗਿਆ ਗਏ ਨੂੰ? ਸਰ 3 ਮਹੀਨੇ ਹੋ ਗਏ। ਪਹਿਲੀ ਪੇਮੈਂਟ ਪਾਈ ਸਰ, 10,000 ਰੁਪਇਆ ਪਾਇਆ ਸ਼ੁੱਕਰਵਾਰ। ਅਤੇ ਸਰ ਕਹਿੰਦਾ ਮੇਰੀ ਕੰਪਨੀ ਵਾਲਾ ਪੈਸੇ ਕੱਟ ਲਏ ਆ, ਅਗਲੀ ਵਾਰ ਮੈਂ ਵੱਧ ਪੈਸੇ ਪਾਊਂਗਾ। ਸਰ ਖਰਚਾ ਆ ਗਿਆ। ਅਤੇ ਸਰ ਜੀ, ਐਤਵਾਰ 10:30 ਵਜੇ ਫੋਨ ਆ ਗਿਆ ਵੀ ਉਹਦੀ ਡੈਥ ਹੋ ਗਈ। ਅਤੇ ਕੀ ਨਾਮ ਹੈ ਉਹਦਾ? ਸਰ ਰਾਜਵਿੰਦਰ ਸਿੰਘ ਨਾਮ ਹੈ, ਇਹ ਉਹਦੀ ਫੋਟੋ ਹੈ। ਅਤੇ ਪੈਸੇ ਤੁਸੀਂ ਵਿਆਜੀ ਚੁੱਕੇ? ਸਰ ਵਿਆਜੀ ਚੁੱਕੇ 1,00,000 ਰੁਪਇਆ, 80,000 ਰੁਪਇਆ ਦੇ ਕੇ ਦੁਬਈ ਭੇਜਿਆ। ਸਰ ਜੀ, ਕੁਝ 1,00,000 ਰੁਪਇਆ ਲੱਗ ਗਿਆ, ਕਰੀਬ 1,00,000 ਰੁਪਇਆ ਕਰੀਬ ਲੱਗ ਗਿਆ ਜੀ। ਕੀ ਮੰਗ ਕਰਦੇ, ਕਿਹਨੂੰ ਮੰਗ ਕਰਦੇ ਤੁਸੀਂ? ਸਰ ਜੀ, ਅਸੀਂ ਭਗਵੰਤ ਮਾਨ ਜੀ ਨੂੰ ਮੰਗ ਕਰਦੇ ਹਾਂ ਵੀ ਸਾਡੇ ਬ੍ਰਦਰ ਦੀ ਡੈਡ ਬੋਡੀ ਮੰਗਾਈ ਜਾਵੇ। ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੀ ਕਾਰਗੁਜ਼ਾਰੀ ਵਿੱਚ ਬੁਲੰਦ ਟੀਵੀ ਦਾ ਪੂਰਾ ਸਾਥ ਹੈ। ਅਗਰ ਤੁਹਾਨੂੰ ਵੀ ਲੱਗਦਾ ਹੈ ਸਾਡਾ ਬੁਲੰਦ ਟੀਵੀ ਤੁਹਾਡੀ ਕਿਸੇ ਵੀ ਰੂਪ ਵਿੱਚ ਮਦਦ ਕਰ ਸਕਦਾ ਹੈ, ਤਾਂ ਤੁਸੀਂ ਤੁਹਾਡੇ ਆਪਣੇ ਬੁਲੰਦ ਟੀਵੀ ਨਾਲ ਸੰਪਰਕ ਕਰ ਸਕਦੇ ਹੋ।